ਹੋਰ ਚਾਚੇ ਕਿਵੇਂ ਚੱਲਦੀ ਆ ਭਲਵਾਨੀ? ਭਲਵਾਨੀ ਦਾ ਪੁੱਤ ਕਬੀਲਦਾਰੀ ਖਾ ਗਈ, ਕਿਹੜੀਆਂ ਭਲਵਾਨੀਆਂ ਨੇ? ਕਿੱਥੇ ਚਾਚੇ, ਮੈਨੂੰ ਤਾਂ ਲੱਗਦਾ ਕਬੀਲਦਾਰੀ ਨੂੰ ਤਾਂ ਤੂੰ ਖਾ ਗਿਆ, ਢਿੱਡ ਦੇਖ ਕੇ ਤਾਂ ਨਹੀਂ ਲੱਗਦਾ। ਉਹ ਨਹੀਂ ਪੁੱਤੋ, ਇਹ ਵਹਿਮ ਲੱਗਦਾ ਤੈਨੂੰ। ਵਹਿਮ ਕਾਹਨੂੰ? ਕਿਸੇ ਟਾਈਮ ਪੂਰੇ ਸਟਾਰ ਹੁੰਦੇ ਤੇ 60 ਕਿਲੋ ਦੇ ਭਲਵਾਨ ਹੁੰਦੇ ਤੇ। ਫਿਟਨੈਸ ਤਾਂ ਖੈਰ ਅੱਜ ਵੀ ਪੂਰੀ ਆ ਚਾਚੇ। ਨਹੀਂ ਐਂ ਤਾਂ ਹੈਗੀ ਐ, ਸ਼ੁਕਰ ਨਾਲ ਵਧੀਆ ਸੈੱਟ ਆ। ਤੇ ਕਿਹੜੀਆਂ ਹੁਣ ਦੀਆਂ ਭਲਵਾਨੀਆਂ ਨਸਿਆਂ ਦੀਆਂ ਨੇ? ਕਬੱਡੀਆਂ ਨਸਿਆਂ ਦੀਆਂ ਰਹਿ ਗਈਆਂ, ਇਹ ਤਾਂ ਹੁਣ ਨਸ਼ੇ ਤੋਂ ਰਹੇ ਤਾਂ ਕਰਕੇ ਬਚੇ ਬੈਠੇ ਆ। ਅੱਛਾ ਚਾਚੇ, ਤੂੰ ਨਹੀਂ ਕਦੇ ਖੇਡਦੇ ਹੋਏ ਨਸ਼ਾ ਕਰਿਆ? ਨਾ ਵੀ, ਆਪਾਂ ਤਾਂ ਬਿਲਕੁਲ ਟੱਚ ਵੀ ਨਹੀਂ ਕਰਿਆ। ਫਿਰ ਕੀ ਖਾ ਕੇ ਖੇਡਦੇ ਸੀਗੇ? ਆਮ ਦੁੱਧ ਕਿਉਂ? ਅੱਛਾ, ਕਿੰਨੀਆਂ ਮਰਜ਼ੀ ਦੇਸੀ ਖੁਰਾਕਾਂ ਖਾ ਲਓ, ਉਹਦੇ 'ਚ ਜਾਨ ਹੀ ਹੁੰਦੀ ਹੈ। ਫਿਰ ਚਾਚੇ ਹੁਣ ਕਿਵੇਂ ਚੱਲਦੀ ਆ ਭਲਵਾਨੀ? ਮੈਂ ਤਾਂ ਐਂ ਪੁੱਛਦੀ ਹਾਂ। ਹੁਣ ਤਾਂ ਕਬੀਲਦਾਰੀ ਨੇ ਖਤਮ ਕਰਤੀ ਪੁੱਤ, ਕਿਹੜੀਆਂ ਭਲਵਾਨੀਆਂ ਨੇ? ਫਿਰ ਛੱਡਤੀ ਹੁਣ ਭਲਵਾਨੀ? ਹੁਣ ਤਾਂ ਛੱਡਤੀ, ਕਰਦੇ ਕਬੀਲ ਦੇ ਝੰਡ ਜਾਂਦੇ ਉਲਝੇ ਰਹਿੰਦੇ ਆ। ਆ ਵੀ ਬੰਦੇ ਨੂੰ ਮਾਰ ਹੀ ਲੈਂਦੇ ਆ। ਹਾਂ ਇਹ ਤਾਂ ਹੈ। ਫਿਰ ਅੱਜ ਕੱਲ ਕੀ ਕੰਮ ਕਰਦੇ ਆ? ਬਸ ਫਿਰ ਇਹਨੇ ਮਿਹਨਤਾਂ ਕਰਦੇ ਆ, ਵੀ ਗੱਡੀਆਂ ਗੁੱਡੀਆਂ ਦੇ ਗੇੜੇ ਲਾਉਂਦੇ। ਗੱਡੀਆਂ ਦੇ ਗੇੜੇ? ਹਾਂ, ਆਹੀ ਸਵਾਰੀ ਵਾਲੀਆਂ ਗੱਡੀਆਂ ਦੇ। ਅੱਛਾ, ਮੈਂ ਵੀ ਕਹਾਂ, ਮੈਂ ਕਿਹਾ ਚਾਚਾ ਤੇਰੀ ਉਮਰ ਕਿੱਥੇ ਆ ਹੁਣ ਗੇੜੇ ਲਾਉਣ ਦੀ, ਹਨਾ? ਗੱਡੀਆਂ ਦੇ ਗੇੜੇ ਲਾ। ਅੱਛਾ, ਫਿਰ ਗੱਡੀਆਂ ਪਾ ਲੀਆਂ ਹੁਣ? ਹਾਂ। ਫਿਰ ਹੁਣ ਬਚ ਜਾਂਦਾ ਕੁਛ? ਬਸ ਟਾਈਮ ਪਾਸ ਹੋ ਜਾਂਦਾ, ਵਧੀਆ, ਸ਼ੁਕਰ ਹੈ ਮਾਲਕ ਦਾ। ਕਿੰਨੇ ਕ ਹਜ਼ਾਰ ਚ ਹੋ ਜਾਂਦਾ ਟਾਈਮ ਪਾਸ? ਹਜ਼ਾਰ ਤਾਂ ਆਪਦੇ ਸਾਰੇ, ਆਪਾਂ ਦੀ 20 ਲੱਖ ਲੈ ਕੇ ਬਸ ਤਾਂ ਵੀ ਹੁੰਦਾ। ਕਬੀਲਦਾਰੀ ਦੇ ਰੋਲ ਲੈ ਲੈਣੇ ਤੋਂ। ਅੱਛਾ, ਬਾਪੂਆਂ ਦੇ ਰੋਲ ਦੇ ਆਉਂਦਾ, ਪਾਨੂੰ ਚਾਚਿਆਂ ਦੇ ਆਉਂਦਾ। ਅੱਛਾ, ਕਬੀਲਦਾਰੀ ਦੇ ਰੋਲ ਉਹਦੇ ਨਾਲ ਕਰੀ ਨੇ, ਹਰਮਨ ਆਪਣਾ ਮੁੰਡਾ ਕੌੜੀਆਂ ਤੋਂ। ਅੱਛਾ, ਫਿਰ ਕੋਈ ਡਾਇਲੋਗ ਤਾਂ ਬੋਲ ਕੇ ਸੁਣਾ ਦੋ ਮੈਨੂੰ। ਉਹਦਾ ਪਹਿਲਾ ਰੋਲ ਦਿੱਤਾ ਸੀ ਮੈਨੂੰ, ਕਿਰਾੜੇ ਬਣੇ ਦੀ, ਕਹਿੰਦਾ ਬਾਈ ਸੇਠ ਬਣ ਜਾ ਗਿਆ ਚਾਚੇ, ਕਹਿੰਦਾ ਤੂੰ। ਅੱਛਾ, ਮਾਂ ਬਾਈ ਸੇਠ ਬਣ ਜਾਣਾ, ਸੇਠ ਬਣ ਕੇ ਉਹਨੂੰ ਕਿਹਾ ਐਨਕ ਲਾ ਨਾ, ਫਿਰ ਮੈਂ ਸੇਠ ਬਣ ਕੇ ਦਿਖਾ ਲਵਾਂ। ਬਣ ਕੇ ਦਿਖਾ ਦੋ ਫਿਰ। ਚਾਚੀ ਨਹੀਂ ਰੋਕਦੀ ਫਿਲਮਾਂ ਬਣਾਉਣ ਤੋਂ? ਨਾ, ਚਾਚੀ ਤਾਂ ਭਾਈ ਪੂਰਾ ਸਾਨੂੰ ਸਾਥ ਦਿੰਦੀ ਹੈ, ਵਿਚਾਰੀ ਪ੍ਰੈਸ ਕਰਕੇ ਕੱਪੜੇ ਫੇਰ ਤੋੜਦੀ ਹੈ, ਜਾਓ ਜਾ ਕੇ ਆਉਂਦਾ ਭਾਈ, ਮਿਹਨਤ ਕਰਕੇ ਆਓ, ਇਹ ਵੀ ਇੱਕ ਮਿਹਨਤ ਆਪਣੀ। ਆਹੋ, ਪਰ ਚਾਚੀ ਨੂੰ ਪਤਾ ਨਹੀਂ ਹੋਣਾ ਨਾ ਮਿਹਨਤ ਕਰਨ ਜਾਂਦਾ ਕਿ ਗੇੜੀਆਂ ਮਰਨ ਜਾਂਦਾ। ਬਾਣੀ ਦਾ ਰੋਲ ਮੈਨੂੰ ਫਿਲਮ 'ਚ ਦਿੱਤਾ ਉਹਨੇ ਪਹਿਲੀ ਵਾਰ, ਕਹਿੰਦਾ ਚਾਚਾ ਤਾਂ ਰੋਲ ਬਾਣੀ ਦਾ ਕਰਨਾ ਮੈਂ ਚਾਹਾਂਗੇ ਕਰ ਰਿਹਾ। ਤੇ ਮੈਨੂੰ ਸਜਣੀ ਕਹਿੰਦੀ ਹੈ, ਕਦੋਂ ਮੈਂ ਦੁਕਾਨ 'ਚ ਜਾਂਦਾ, ਤੁਸੀਂ ਕਿਸੇ ਜਾਓਗੇ ਜੀ, ਮਾੜੀ ਜਿਹੀ ਮਿੱਠੀ ਦਹੀਂ ਖਾ ਕੇ ਵਗ ਜਾਓ, ਤੇ ਕਹਿੰਦੇ ਪੈਸੇ ਲੈ ਕੇ ਆਉਣੇ। ਮੈਂ ਕੋਈ ਨਾ, ਭਗਵਾਨ ਵਗ ਜਾਵਾਂਗੇ, ਦਹੀਂ ਮਿੱਠੀ ਖਵਾ ਦੇ, ਕਿਸੇ ਦੇ ਚਰਨ ਨਹੀਂ ਲੱਗਾਂਗੇ, ਮਾੜਾ ਮੋਟਾ ਪੈਸਾ ਟਾਕਾ ਫੇਰੇ ਦੇਣੇ। ਬੋਲੇ ਜੱਟ ਹੁੰਦੇ ਨੇ, ਪਤਾ ਨਹੀਂ ਕਿਹੜਾ ਪੁੱਠਾ ਮੂੰਹ ਬੋਲ ਜਾਣਾ ਅੱਗੋਂ। ਨਾ ਚਾਚੇ, ਜੱਟਾਂ ਨੂੰ ਬੋਲੇ ਨਾ ਕਹਿ, ਨਹੀਂ ਨਹੀਂ ਗੱਲ ਪੈ ਜਾਣਗੇ ਤੇਰੇ। ਨਹੀਂ, ਐ ਨਹੀਂ ਬੋਲੇ, ਕਹਿੰਦਾ ਨਾ ਐ ਤਾਂ ਬੋਲ ਥੱਪ ਜਾਂਦੇ ਨੇ। ਮੈਂ ਵੀ ਜੱਟਾਂ ਦੀ ਆ। ਨਾ ਨਾ, ਐ ਕਾਹਨੂੰ ਕਹਿੰਦੇ ਆ ਭਾਈ, ਤੁਹਾਡੇ ਨਾਲ ਹੀ ਸਾਡੀ ਕਬੀਲਦਾਰੀ ਚੱਲਦੀ ਆ। ਹਾਂ, ਫਿਰ ਐ ਕਹਿਣਾ। ਹਾਂ ਹਾਂ, ਐ ਭਾਈ ਉਹ ਮੈਨੂੰ ਇਹਨੇ ਆਪਣੇ ਹਰਮਨ ਨੇ ਸੇਠ ਬਣੇ ਦਾ ਮੈਨੂੰ ਰੋਲ ਕਰਨ ਨੂੰ ਕਿਹਾ, ਤੇ ਹਰਮਨ ਆਪਣਾ ਵਧੀਆ ਪਿਆਰਾ ਬੀਬਾ ਬੱਚਾ, ਵਧੀਆ ਪਿਆਰ ਰੱਖਦਾ ਆਪਣੇ ਨਾਲ, ਬਾਕੀ ਤੁਹਾਡੇ ਭੈਣ ਭਾਈਆਂ ਨਾਲ ਅਟੈਚ ਕਰਾਉਂਦਾ ਆਪਾਂ ਨੂੰ। ਅੱਛਾ, ਮੈਂ ਸੁਣਿਆ ਚਾਚੇ ਤੂੰ ਆਹ ਹੋਟਲ ਹੋਟਲ ਜਾਰੀ ਕੋਈ ਖੋਲ ਲਿਆ। ਹਾਂ, ਚਿਕਨ ਦਾ ਹੋਟਲ ਕਰਿਆ ਭਾਈ ਆਪਾਂ ਨੇ। ਅੱਛਾ, ਹਾਂ, ਕਿੰਨੇ ਕ ਕਿਲੋ ਚਿਕਨ ਚੁਕਨ ਬਣਾ ਲੈਂਦੇ ਆ ਫਿਰ ਆਪਾਂ? 15-16 ਕਿਲੋ ਮੁਰਗੇ ਦਾ, 5 ਕਿਲੋ ਮਤਲਬ ਬੱਕਰੇ ਦਾ, ਬਾਕੀ ਆਂਡੇ ਫਰਾਈ, ਭਲਵਾਨਾਂ ਵਾਸਤੇ ਮੁੰਡੇ ਜਿੰਮ ਲਾਉਂਦੇ ਨੇ ਕਿਹਾ, ਉਹਨਾਂ ਵਾਸਤੇ ਵਾਧੂ, ਸਾਰੇ ਆਉਂਦੇ ਨੇ ਸੁੱਖ ਨਾਲ ਵਾਧੂ। ਮੈਨੂੰ ਲੱਗਦਾ ਚਾਚੇ 10-15 ਕਿਲੋ ਤਾਂ ਤੂੰ ਆਪ ਹੀ ਖਾ ਜਾਂਦਾ ਹੋਵੇਂਗਾ। ਕਹਿੰਦੇ ਨਾ ਮਾਗਰੋ ਕਦੋਂ ਬਚ ਜਾਂਦਾ, ਉਹਨੂੰ ਖਰਾਬ ਵੀ ਹੋਣ ਦੇਣਾ, ਉਹਨੂੰ ਕਿਸੇ ਹਿਸਾਬ ਨਾਲ ਰੱਖਣਾ ਪੈਂਦਾ। ਕਿੰਨਾ ਕ ਬਚ ਜਾਂਦਾ ਵੈਸੇ ਆਈਡੀਆ? ਆਹੀ 2-2.5 ਕਿਲੋ ਬਚ ਜਾਂਦਾ ਫਿਰ ਅਸੀਂ। ਨਾ ਚਾਚੇ, ਝੂਠ ਬੋਲਦਾ, 2-2.5 ਕਿਲੋ ਵਾਲਾ ਤਾਂ ਨਹੀਂ ਲੱਗਦਾ, ਸਿਹਤ ਦੇਖ ਕੇ ਤਾਂ ਮੈਨੂੰ ਲੱਗਦਾ 10-15 ਕਿਲੋ ਘੱਟੋ ਘੱਟ ਰੋਜ਼ ਖਾ। 10-15 ਕਿਲੋ ਖਾ ਕੇ ਤਾਂ ਫਿਰ ਜਮੀ ਹੱਲਣਾ ਰਹਿ ਜਾਂਗੇ ਭਾਈ, 3-4 ਕਿਲੋ ਤਾਂ ਦੇ ਦੇਣਾ ਕਿਹੜਾ।
ਕਿੰਨੇ ਕ ਗਾਹਕ ਆ ਜਾਂਦੇ ਨੇ? ਗਾਹਕ ਮੰਨ ਕੇ ਚਲੋ 70 ਕੁ ਆਪਣੇ ਗਾਹਕ ਆ ਜਾਂਦੇ ਨੇ ਵਧੀਆ ਪੱਕੇ। ਅੱਛਾ, ਇਹ ਜਿਹੜਾ ਬਿਜ਼ਨਸ ਹੈ ਹੁਣੇ ਪ੍ਰਵਾਨੀ ਨਾਲ ਜ਼ਿਆਦਾ ਵਧੀਆ ਚੱਲ ਰਿਹਾ? ਇਹ ਵਧੀਆ, ਪਰ ਟਾਈਮ ਲੰਘਾਈ ਜਾਂਦਾ। ਅੱਛਾ, ਇਹ ਵੀ ਟਾਈਮ ਹੀ ਲੰਘਾਉਂਦਾ? ਹਾਂ, ਟਾਈਮ ਪਾਸ ਹੀ ਹੈ, ਕੋਈ ਵੀ ਕੰਮ ਕਰ ਲਈਏ ਆਪਾਂ। ਚੱਲ 30,000 ਉਧਰ ਤੇ ਟਾਈਮ ਪਾਸ ਹੋ ਜਾਂਦਾ, ਇੱਧਰ ਤੋਂ ਕਿੰਨੇ ਵੜ ਜਾਂਦੇ ਆ? ਇੱਧਰੋਂ ਵੀ ਆ ਜਾਂਦਾ ਆਪਾਂ ਨੂੰ 50,000 ਦੇ ਮੰਗ ਮਹੀਨੇ ਦਾ ਆਪਾਂ। ਫਿਰ ਤਾਂ ਖਾਸਾ ਸੋਹਣਾ ਟਾਈਮ ਪਾਸ ਹੋ ਰਿਹਾ। ਸੁਖਣਾ ਪਰਿਵਾਰ ਵੀ ਵੱਡਾ ਨਾ ਆਪਣਾ। ਪਰਿਵਾਰ, ਬੱਚੇ ਨੇ ਵਧੀਆ। ਅੱਛਾ, ਫਿਰ ਉਹਨਾਂ ਨੂੰ ਫਿਰ ਉਹਦਾ ਕਰਨਾ ਪੈਂਦਾ। ਠੀਕ ਆ। ਅੱਛਾ, ਫਿਰ ਐ ਦੱਸ, ਜਿਹੜੇ ਬੰਦੇ ਚਿਕਨ ਖਾਣ ਆਉਂਦੇ ਨੇ, ਕੋਈ ਫੇਵਰੇਟ ਜਿਹੜਾ ਬੰਦਾ ਤੁਹਾਡਾ ਗਾਹਕ ਕਿਹੜਾ? ਜਿਹੜੇ ਗਾਹਕ ਆਉਂਦੇ ਨੇ, ਦੋ ਚਾਰ ਮੁੰਡਿਆਂ ਦੀਆਂ ਫੋਟੋਆਂ ਰੱਖ ਲੈ, ਦੋ ਚਾਰ ਰੱਖ ਲੈ ਕੁੜੀਆਂ ਦੀਆਂ, ਗੱਲ ਕਰ ਲਿਆ ਕਰ ਵੀ ਜੇ ਭਾਈ ਕਿਸੇ ਨੇ ਰਿਸ਼ਤਾ ਰਿਸ਼ਤਾ ਕਰਾਉਣਾ, ਜੇ ਇੱਕ ਅੱਧਾ ਵੀ ਰਿਸ਼ਤਾ ਕਰਾ ਤਾਂ ਮੁੰਦਰੀ ਪੱਕੀ ਆ। ਉਹ ਭਾਈ ਇਹਦੇ ਵਿੱਚ ਝੰਡ ਦੇ ਵਾਲੇ ਨੇ, ਹੁਣ ਜੇ ਛਾਂਪਾਂ ਪਵਾਣੀਆਂ ਫਿਰ ਕਿਤੇ ਨਾ ਕਿਤੇ ਖਾਣੀਆਂ ਵੀ ਪੈਂਦੀਆਂ। ਕੰਮ ਤਾਂ ਵਧੀਆ ਨਹੀਂ? ਕੰਮ ਤਾਂ ਵਧੀਆ, ਆਪਾਂ ਵਿਚੋਲਗੀ ਤੋਂ ਦੂਰ ਆਪਾਂ ਦੁਕਾਨਦਾਰੀ ਚ ਲੱਗੇ ਆ। ਅੱਛਾ, ਫਿਰ ਦੱਸ ਉਹ ਫੇਵਰੇਟ ਕਸਟਮਰ ਕਿਹੜਾ? ਫੇਵਰੇਟ ਤਾਂ ਆਪਣੇ ਨੰਬਰਦਾਰ ਨੇ ਭਾਈ। ਅੱਛਾ, ਕਿੰਨਾ ਕੁ ਕਿਲੋ ਚਿਕਨ ਖਾ ਜਾਂਦੇ ਨੇ ਫਿਰ? ਉਹ ਉਹਨਾਂ ਦਾ ਪਤੀ ਨਹੀਂ, ਸੁਖਣਾ ਪਰਿਵਾਰ ਉਹਨਾਂ ਦਾ 100 ਜੀ ਨੇ, ਵਧੀਆ ਆਪਣਾ ਕੰਮ ਚੱਲਦਾ ਉਹਨਾਂ ਦਾ। ਪਹਿਲਾਂ ਤਾਂ ਕਿੰਨੇ ਕੁ ਮੁਰਗੇ ਖਾ ਜਾਂਦੇ ਨੇ ਤਾਂ? ਮੁਰਗੇ ਤਾਂ ਵਧੀਆ ਰੱਬ ਦੇ ਉਹਨਾਂ, 5-6 ਮੁਰਗੇ ਤਾਂ ਡੇਲੀ ਦੇ ਨੇ ਉਹਨਾਂ ਦੇ ਬਸ। ਹਾਂ, ਟੌਪ ਦੇ ਮੁਰਗੇ ਲੈ ਜਾਂਦੇ ਨੇ ਪੂਰੇ, ਮੇਰੇ ਵਰਗੇ ਭਾਈ ਭਾਈ ਜਵਾਨੀ ਪਰੇ ਭਾਈ ਮੈਂ ਵੀ ਬਥੇਰੇ ਕਰਤੱਬ ਕਰੇ ਨੇ, ਸਿਰ ਚ ਬੋਤਲਾਂ ਭੰਨ ਕੇ ਮਜਨੂੰ ਦਾ ਰੋਲ ਕਰਦਾ ਸੀ। ਅੱਜ ਦੇ ਕਿਹੜੀਆਂ ਆਪਾਂ ਕਿਹਾ ਕਰਦੇ ਰਹੇ, ਹੁਣ 1,00,000 ਰੁਪਇਆ ਦਾ ਉਦੋਂ 5,000 ਰੁਪਇਆ ਗੀਤ ਮਾਗਰ ਬਣਦਾ ਹੁੰਦਾ ਸੀ ਭਾਈ। ਜਾਂਦੀਆਂ ਬੋਤਲਾਂ ਭੰਨੀਆਂ ਹਾਲੇ ਤੱਕ ਬਾਲ ਨਹੀਂ ਉਹ ਤਾਂ ਹੀ ਚੜੇ ਹੋਏ ਨੇ ਭਾਈ ਉਦੋਂ ਦੀ। ਹਾਂ, ਉਹ ਜ਼ੋਰ ਨਾਲ ਮਾਰਦਾ ਸੀ ਕਿਤੋਂ ਬਾਲ ਪੱਟ ਕੇ ਲੈ ਜਾਂਦੀ ਸੀ। ਚਾਚੇ ਫਿਰ ਉਹ ਕੰਚ ਨਹੀਂ ਚੁਗਦਾ ਸੀਗਾ ਸਿਰ ਚੁਗਦਾ ਸੀ ਭਾਈ, ਉਦੋਂ ਉਮਰ ਇਹੋ ਜਿਹੀ ਹੁੰਦੀ ਆ। ਫਿਰ ਉਮਰ ਇਹੋ ਜਿਹੀ ਹੁੰਦੀ, ਉਦੋਂ ਪਤੀ ਨਹੀਂ ਲੱਗ ਰਿਹਾ ਕਿਤੋਂ ਗੀਤ ਚੱਲਦਾ, ਉਹਨੂੰ ਆਉਂਦਾ ਵੀ ਆਪਣੇ ਦੀ ਚੱਲਦਾ ਸੀ, ਉਹ ਹਿਸਾਬ ਨਾਲ ਉਦੋਂ ਬੋਤਲਾਂ ਭੰਨੀ ਜਾਂਦੇ ਸੀ। ਸਹੀ ਗੱਲ ਆ, ਮਿਹਨਤ ਤਾਂ ਚਾਚੇ ਤੂੰ ਵੀ ਬਹੁਤ ਕਰੀ। ਬਹੁਤ ਮਿਹਨਤ ਕਰੀ ਆ ਭਾਈ, ਸ਼ੁਰੂ ਤੋਂ ਲੈ ਕੇ ਮਿਹਨਤ ਕਰਦੇ ਆਏ ਆ। ਚੱਲਿਆ ਹੀ ਲੋਰੀ ਫੁਰਕਾ ਜੀ, ਲੈ ਦੱਸ। ਮੈਂ ਵੀ ਦੇਖ, ਮੇਰਾ ਤਾਂ ਜਮਾ ਦਿਮਾਗ ਨਹੀਂ ਕੰਮ ਕਰਦਾ ਹੈਗਾ, ਸਾਰੀ ਵੀਡੀਓ ਬਣਾ ਲਈ ਨਾ। ਨਾਮ ਤਾਂ ਦੱਸਣਾ ਥੋੜਾ ਭੁੱਲ ਗਏ, ਨਾਮ ਤਾਂ ਦੱਸ ਦੋ। ਖੁਸ਼ੀ ਭਲਵਾਨ ਕਹਿੰਦੇ ਨੇ ਭਾਈ, ਕੌਰੀਆਂ ਤੋਂ। ਖੁਸ਼ੀ ਭਲਵਾਨ ਕੌਰੀਆਂ ਤੋਂ? ਹਾਂਜੀ। ਮੈਂ ਤਾਂ ਆਪਦਾ ਨਾਮ ਵੀ ਦੱਸਣਾ ਭੁੱਲ ਜਾਂਦੀ ਆ, ਮੇਰਾ ਤਾਂ ਚੱਲ ਭਾਈ ਜਾਣਦੀ ਨੇ ਹਨਾ, ਬੱਬਲ ਕੌਰ। ਇਹ ਤਾਂ ਭਾਈ ਜਾਣਦੇ, ਕੁੜੀ ਫੇਮਸ ਹੈ ਸਾਡੀ ਕੁੜੀ, ਇਹ ਭਾਈ ਪਿਆਰ ਰੱਖਦੀ ਹੈ, ਸਾਡਾ ਬੀਬਾ ਪਿਆਰ ਹੈ ਵਧੀਆ, ਤਾਂ ਕਰਕੇ ਅੱਜ ਕਹਿੰਦੀ ਚਾਚਾ ਜੀ ਇੰਟਰਵਿਊ ਕਰਾਂਗੇ। ਚਲੋ ਧੰਨਵਾਦ ਹੈ। ਇੰਟਰਵਿਊ ਨਹੀਂ ਚਾਚੇ, ਆਪਾਂ ਤਾਂ ਗੱਲਾਂ ਬਾਤਾਂ ਕਰ ਰਹੇ ਹਾਂ। ਇਹ ਆ ਜੀ ਆਪਣਾ ਚਾਚਾ ਖੁਸ਼ੀ ਭਲਵਾਨ, ਕੌੜੀਆਂ ਤੋਂ। ਕੌੜੀਆਂ ਤੋਂ? ਹਾਂ। ਹੋਰ ਦੱਸ ਕੋਈ ਚਾਚੇ ਗੱਲਬਾਤ? ਹੋਰ ਤਾਂ ਭਾਈ ਬੱਲੇ ਬੱਲੇ ਬਸ, ਹੁਣ ਵਧੀਆ ਟਾਈਮ ਲੰਘੀ ਜਾਂਦਾ ਜਿਹੜਾ। ਚਾਚੀ ਹੁਣ ਤਾਂ ਨਹੀਂ ਲੜਦੀ? ਨਾ, ਚਾਚੀ ਬਹੁਤ ਪਿਆਰ ਕਰਦੀ। ਪਹਿਲਾਂ ਤਾਂ ਬਾਲਾ ਕਲੇਸ਼ ਰਹਿੰਦਾ ਸੀ ਤੁਹਾਡੇ ਕੋਲ, ਨਾ ਜਮੀ ਵੀ ਲੈ ਸ਼ੁਰੂ ਦੀ ਪਿਆਰੀ ਇਹਨਾਂ ਨੂੰ ਲੈ, ਤੂੰ ਹੀ ਨਾ ਭਾਈ ਚਾਚੇ ਹੋਈ ਮਿੱਠੇ ਪੋਚੇ ਮਾਰਨ ਨਾਲ ਕੀ ਹੁੰਦਾ ਹੈ? ਰੋਟੀ ਦਾ ਭਾਈ ਉਹੀ ਹੋ ਗਿਆ।
ਰੋਟੀ ਲਾ ਕੇ ਦਹੀ ਨਾ ਖਵਾ ਕੇ ਉਹੀ ਤੋੜਦੇ ਆ ਵਿਚਾਰੀ, ਪ੍ਰੈਸ ਕਰਕੇ ਜਾਂ ਵਗ ਜਾ ਤਰਾ। ਲੈ ਦੇਖ ਚਾਚਾ ਤੂੰ ਮੰਨਦਾ ਨਹੀਂ ਹੈਗਾ ਵੀ ਚਾਚੀ ਲੜਦੀ ਆ, ਨਾ ਨਾ ਦੇਖ ਲੈ ਉਹਦਾ ਕਿਵੇਂ ਸੀ ਉਹ ਸਿਆਣਿਆਂ ਦੀ ਕਹਾਵਤ ਉਹ ਨੀ ਬਣਾਈ ਬਾਹਰ ਪੰਦੀ ਸਾਹਿਬ ਆ ਕਹਿੰਦਾ ਘਰ ਵਾਲੀ ਤਾਂ ਬਹਾਦਰ ਹੁੰਦਾ ਭਾਈ ਬਹਾਦਰ, ਫਿਰ ਘਰ ਵਾਲੇ ਦਾ ਵੀ ਬਦ ਰੱਖਣਾ ਨਾਲੇ ਭਾਈ ਘਰ ਵਾਲੇ ਤਾਂ ਵੱਡੇ ਵੱਡੇ ਡਰਦੇ ਨੇ ਨਾ, ਡਰਨਾ ਵੀ ਪੈਂਦਾ ਭਾਈ ਰੋਟੀ ਖਾਣੀ ਆ ਹੁਣ ਜਵਾਕਾਂ ਦੇ ਹੁਣ ਇਹ ਟਰੈਕੀ ਟਾਈਮ ਲੰਘਣਾ ਹੋਊ ਆਪਾਂ ਨੂੰ ਸਹੀ ਗੱਲ ਆ ਟਾਈਮ ਦੀ ਕਦੋਂ ਆਪਾਂ ਨੇ ਬਥੇਰਾ ਕਰਿਆ ਆਪਣਾ ਟਾਈਮ ਹੁਣ ਤਾਂ ਹਰਮਨ ਦੇ ਚਰਨ ਹੀ ਲੱਗੇ ਹੋਏ ਆ ਆਪਾਂ ਹਰਮਨ ਦੇ ਚਰਨ ਚਰਨ ਹੀ ਲੱਗੇ ਹੋਏ ਹਰਮਨ ਦਾ ਬਾਬਾ ਓਏ ਵਿੱਚ ਬੋਲੀ ਜਾਂਦਾ ਮੇਰੀ ਗੱਲ